गुरु प्यारी संगत जी, वाहिगुरु जी का खालसा, वाहिगुरु जी की फतेह। सो अज असी गल करनी आ पंजाब दे विच बहुत ही दिल कंबा देण वाली जिहड़ी घटना हुई आ। एक पिता ने अपने मासूम पुत्र दा कतल कर दिता। इंटरनेट दे उपर हो सकदा तुसी ये वीडियो देखी होवे, तां अज ये कलयुग दी आ बारे जिहड़ा आपां पढ़दे हुंदे आ कथा दे विच, गुरु गोबिंद सिंह जी ने जिहड़ियां निशानियां दसियां सीगियां कि कलयुग दे विच पिता ते पुत्र दा वी संबंध नहीं रहेगा, माँ ते पुत दा वी जिहड़ा संबंध आ उह वी उहो जिहा नहीं रहेगा जिवें प्रीत हुंदी आ, मोह बिल्कुल खत्म हो जूगा। तां अज उह चीज़ हो चुकी आ। पिता अंग्रेज सिंह ते उहदा मासूम बच्चा जिहदा नाम सीगा गुरसेवक सिंह, ते कहा जांदा वी इहदी जिहड़ा बच्चे दा जन्म आ 12 साल बाद होया विआह तों। जदों आपां अरदासां करदे हां मालक दे अग्गे, मंग मंग के आपां पुत जिहड़ा है वाहिगुरू परमेश्वर तों लैंदे हां, तां देखो इह कलयुग दी की निशानी आ। इही निशानियां हुंदियां कलयुग दीआं, होर की हुंदियां। मासूम बच्चे दा गला घुट के ते उहनूं सूए दे पाणी विच सुट्टता, ते बाद विच जदों पुलिस ने बहुत सख्ती करके पुछिआ, शक होई, उहनूं उत्थे लै के गए, उहने फिर मन्निआ वी हाँ मैं ही इहनूं मारिआ। कारण दा नहीं पता लग्गिआ हजे वी कारण की आ, तां बार बार सारे कहिंदे वी कारण की आ, कारण की आ, इहदा कारण की हो सकदा, तुसीं वी तुहानूं वी पता। अज कल लोक जिहड़े आ आपां वेखदे हां कि किन्ना ज़्यादा पदार्थवादी हो चुके आ, आप मुहारे सारिआं दी जिंदगी हो चुकी आ। पिता नूं एडा जिहड़ा वाहिगुरू वल्लों बख्शिआ होइआ रिश्ता हुंदा पिता ते पुत्तर दा, चाहे माँ ते पुत दा, किड्डा सोहणा इह रिश्ता बख्शिआ हुंदा, तां इहनूं तार तार कर दित्ता। ਤੇ ਇਹ ਅੱਜ ਆਉਣ ਵਾਲੇ ਸਮੇਂ ਦੇ ਵਿੱਚ ਇਦੋਂ ਵੀ ਭਿਆਨਕ ਚੀਜ਼ਾਂ ਆਪਾਂ ਨੂੰ ਸੁਣਨ ਨੂੰ ਮਿਲਣੀਆਂ, ਕਿਉਂਕਿ ਬਾਣੀ ਗ੍ਰੰਥਾਂ ਵਿੱਚ ਲਿਖਿਆ ਆਪਾਂ ਪੜ੍ਹਦੇ ਹਾਂ। ਜਦੋਂ ਉਦੋਂ ਆਪਾਂ ਕਹਿੰਦੇ ਹਾਂ ਵੀ ਮਹਾਰਾਜ ਨੇ ਕਲਯੁਗ ਬਾਰੇ ਦੱਸਿਆ ਹੈ, ਲੋਕ ਉਦੋਂ ਕਹਿ ਦੇਣਗੇ ਵੀ ਇਹ ਪਖੰਡ ਆ, ਵੀ ਇਹ ਤਾਂ ਸੱਚ ਹੋ ਹੀ ਨਹੀਂ ਸਕਦਾ, ਇਹ ਭਵਿੱਖਬਾਣੀ ਗੁਰੂ ਦੀ ਗਲਤ ਆ। ਬਹੁਤੇ ਇਦਾਂ ਕਹਿੰਦੇ ਆ ਵੀ ਇਹ ਜਨਮ ਸਾਖੀਆਂ ਵਿੱਚ, ਇਹ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਗੱਪ ਕਹਾਣੀਆਂ ਲਿਖੀਆਂ, ਉਦੋਂ ਲੋਕ ਐਵੇਂ ਕਹਿੰਦੇ ਆ। ਤਾਂ ਅੱਜ ਦੇਖੋ ਜੋ ਉਦੋਂ ਕਿਹਾ ਹੋਇਆ ਅੱਜ ਸੱਚ ਹੋ ਰਿਹਾ। ਤਾਂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਬਚਨ ਆ ਕਿ ਉਹ ਬੰਦਾ ਜਿਹੜਾ ਚਿੰਤਾ ਦੇ ਵਿੱਚ ਹੀ ਰਹਿੰਦਾ, ਸਦਾ ਹਮੇਸ਼ਾ ਚਿੰਤਾ ਦੇ ਵਿੱਚ ਡੁੱਬਿਆ ਰਹਿੰਦਾ, ਕਈ ਵਾਰ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਤੁਰਿਆ ਕਿੱਥੇ ਫਿਰਦਾ ਅਤੇ ਮੈਂ ਹੈਗਾ ਕਿੱਥੇ, ਮੈਂ ਸੋਚਦਾ ਕੀ ਹਾਂ, ਬੰਦਾ ਕਰਦਾ ਕੀ ਆ, ਬੰਦੇ ਨੂੰ ਨਹੀਂ ਪਤਾ ਲੱਗਦਾ। ਅੱਜ ਦਾ ਬੰਦਾ ਸੋਚਦਾ ਕੌਜਾ, ਕਰਦਾ ਕੌਜਾ, ਦੱਸਦਾ ਕੌਜਾ, ਪੁੱਛੋ ਤਾਂ ਹੀ ਬੰਦਾ ਦੁਖੀ ਆ ਨਾ। ਤਾਂ ਉਹਨੇ ਕੀ ਕੀਤਾ ਕਿ ਆਪਦੇ ਬੱਚੇ ਨੂੰ ਕਤਲ ਕਰ ਦਿੱਤਾ, ਉਹ ਵੀ ਜਿਹੜਾ 12 ਸਾਲਾਂ ਬਾਅਦ ਜਿਹਦਾ ਜਨਮ ਹੋਇਆ ਸੀਗਾ। ਕਿਉਂ ਕੀਤਾ ਹੋਊਗਾ ਜੇ ਆਪਾਂ ਸੋਚ ਕੇ ਦੇਖੀਏ, ਉਹਨੇ ਨਹੀਂ ਦੱਸਿਆ ਹਜੇ, ਖਬਰਾਂ ਦੇ ਵਿੱਚ ਉਹ ਵਧਾ ਚੜ੍ਹਾ ਕੇ ਦੱਸੀ ਜਾਂਦੇ ਆ ਵੀ ਆਹ ਦੱਸਿਆ ਉਹਨੇ ਕਾਰਨ, ਉਹਨੇ ਨਹੀਂ ਕੋਈ ਗੱਲ ਮੰਨੀ, ਉਹਨੇ ਇੰਨਾ ਹੀ ਕਿਹਾ ਵੀ ਹਾਂ ਮੈਂ ਕੀਤਾ, ਮੈਂ ਤਾਂ ਗਲਾ ਘੁੱਟਿਆ ਅਤੇ ਉਹਨੂੰ ਪਾਣੀ 'ਚ ਸੁੱਟਤਾ। ਕਾਰਨ ਕੀ ਹੋ ਸਕਦਾ, ਕਾਰਨ ਕੀ ਹੁੰਦਾ, ਬੰਦਾ ਜਦੋਂ ਚਿੰਤਾ 'ਚ ਹੁੰਦਾ ਅਤੇ ਬੰਦਾ ਨਸ਼ਾ ਕਰਦਾ, ਜਦੋਂ ਬੰਦਾ ਨਸ਼ਾ ਕਰਦਾ ਅਤੇ ਉਦੋਂ ਨਹੀਂ ਉਹਨੂੰ ਪਤਾ ਲੱਗਦਾ ਵੀ ਕੀ ਹੋ ਰਿਹਾ। ਕਈ ਵਾਰ ਜੱਜ ਦੇ ਸਾਹਮਣੇ ਇਹੋ ਜਿਹੇ ਬੰਦੇ ਆ ਜਿਹੜੇ ਕਬੂਲ ਕਰਦੇ ਆ ਵੀ ਅਸੀਂ ਮਾਰਨ ਤਾਂ ਚਪੇੜ ਗਏ ਸੀਗੇ, ਹੋ ਗਿਆ ਸਾਥੋਂ ਕਤਲ। ਗੁੱਸਾ ਹੀ ਇੰਨਾ ਜ਼ਿਆਦਾ ਵੱਧ ਜਾਂਦਾ ਬੰਦੇ ਦਾ ਵੀ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਮਾਰਨੀ ਤਾਂ ਚਪੇੜ ਸੀਗੀ। ਜਿਵੇਂ ਬੱਚਿਆਂ ਦੀ ਛੋਟੀ ਮੋਟੀ ਗਲਤੀ ਹੁੰਦੀ ਆ, ਪਰ 3 ਸਾਲ ਦੇ ਬੱਚੇ ਦੀ ਕੋਈ ਕੀ ਗਲਤੀ ਹੋ ਸਕਦੀ ਆ, ਉਹ ਤਾਂ ਮਾਸੂਮ ਹੁੰਦੇ ਆ, ਉਹਨਾਂ ਨੂੰ ਇੰਨਾ ਨਹੀਂ ਪਤਾ ਹੁੰਦਾ, ਜੇ ਉਹ ਗਲਤੀ ਵੀ ਕਰਦੇ ਆ ਉਹ ਅਚਨਚੇਤ ਉਹਨਾਂ ਤੋਂ ਹੋ ਸਕਦੀ ਆ। ਤਾਂ ਗੁੱਸਾ ਹੀ ਬੰਦੇ ਦਾ ਇੰਨਾ ਵੱਧ ਜਾਂਦਾ, ਕਈ ਵਾਰੀ ਪਰੇਸ਼ਾਨੀਆਂ ਹੀ ਇੰਨੀਆਂ ਘਰ ਦੀਆਂ ਹੋ ਜਾਂਦੀਆਂ ਵੀ ਬੰਦੇ ਨੂੰ ਨਹੀਂ ਪਤਾ ਲੱਗਦਾ ਮੈਂ ਕੀ ਕਰ ਰਿਹਾ। ਤਾਂ ਇਹ ਹੋ ਸਕਦਾ ਵੀ ਉਹਨੇ ਕੋਈ ਨਸ਼ਾ ਕੀਤਾ ਹੋਵੇ ਅਤੇ ਜਿਹਦੇ ਕਰਕੇ ਉਹਨੂੰ ਪਤਾ ਨਾ ਲੱਗਾ ਹੋਵੇ ਅੰਗਰੇਜ਼ ਸਿੰਘ ਨੂੰ, ਅਤੇ ਇਹ ਚੀਜ਼ ਉਹ ਤੋਂ ਹੋ ਗਈ ਫਿਰ। ਤਾਂ ਮੈਂ ਤੁਹਾਨੂੰ ਇਹ ਕਹੂੰਗਾ ਭਾਈ, ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਇਹੋ ਜਿਹੇ ਪਿਤਾ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ। ਵੈਸੇ ਤਾਂ ਉਹਨੂੰ ਪਿਤਾ ਕਹਿਣ ਦੀ ਲੋੜ ਨਹੀਂ, ਜਿਹਨੇ ਮਾਸੂਮ ਬੱਚੇ ਨੂੰ ਕਤਲ ਕਰਤਾ ਉਹਨੂੰ ਪਿਤਾ ਕਹਿਣ ਦਾ ਵੀ ਦਿਲ ਨਹੀਂ ਕਰਦਾ, ਤਾਂ ਮਜਬੂਰ ਬਸ ਹੋ ਕੇ ਕਹਿਣਾ ਪੈਂਦਾ ਵੀ ਅੰਗਰੇਜ਼ ਸਿੰਘ ਜਿਹੜਾ ਉਹਦਾ ਪਿਓ ਸੀ, ਪਿਤਾ ਸੀ, ਉਹਨੇ ਇਹ ਕੀਤਾ ਨਾ, ਅਤੇ ਇਹੋ ਜਿਹੀ ਸਜ਼ਾ ਹੋਣੀ ਚਾਹੀਦੀ ਆ ਵੀ ਅੱਗੇ ਤੋਂ ਕੋਈ ਪਿਤਾ ਅਜਿਹਾ ਕਰਨ ਤੋਂ 100 ਵਾਰ ਸੋਚੇ, ਸੋਚਣ ਤੋਂ ਵੀ ਪਹਿਲਾਂ ਸੋਚੇ, ਤਾਂ ਅਜਿਹੀ ਸਜ਼ਾ ਕਾਨੂੰਨ ਨੂੰ ਦੇਣੀ ਚਾਹੀਦੀ ਆ। ਤਾਂ ਉਹਨੇ ਅੱਗੇ ਜਾ ਕੇ ਕੀ ਉਹ ਆਪਦੀ ਗੁਨਾਹ ਤਾਂ ਜਿਹੜਾ ਹੁੰਦਾ ਬੋਝ ਹੀ ਹੁੰਦਾ, ਉਹ ਰੋ ਰਿਹਾ ਇਹਦਾ ਮਤਲਬ ਉਹਨੂੰ ਪਛਤਾਵਾ, ਜਦੋਂ ਰੋ ਰਿਹਾ ਆਪਦੇ ਪੁੱਤਰ ਦੀ ਲਾਸ਼ ਵੇਖ ਕੇ ਇਹਦਾ ਮਤਲਬ ਉਹਨੂੰ ਕੀਤੀ ਗਲਤੀ ਦਾ ਪਛਤਾਵਾ ਹੈਗਾ, ਪਰ ਉਦੋਂ ਨਹੀਂ ਸੀ ਉਹਨੂੰ ਪਤਾ ਵੀ ਮੇਰੇ ਤੋਂ ਇਹ ਚੀਜ਼ ਹੋਣੀ ਹੈ, ਅਤੇ ਇਹਦਾ ਰਿਜ਼ਲਟ, ਇਹਦਾ ਨਤੀਜਾ ਇਹ ਨਿਕਲਣਾ
ਜਿਹੜਾ ਪਾਣੀ 'ਚ ਸੁੱਟਿਆ ਵੀ ਸੀਗਾ ਵੀ ਮੈਂ ਫੜਿਆ ਹੀ ਨਹੀਂ ਜਾਣਾ, ਪਰ ਉਹ ਕਹਿੰਦੇ ਹੁੰਦੇ ਆ ਨਾ ਵੀ ਜਿਹੜੇ ਪਾਪ ਹੁੰਦੇ ਆ ਉਹ ਜਿਹੜੇ ਕੀਤੇ ਹੁੰਦੇ ਆ ਉਗੜ ਕੇ ਬਾਹਰ ਆ ਜਾਂਦੇ ਆ, ਤਾਂ ਐਵੇਂ ਉਹਦਾ ਪਾਪ ਬਾਹਰ ਆ ਗਿਆ। ਤਾਂ ਅੱਜ ਦੇ ਜ਼ਮਾਨੇ ਵਿੱਚ, ਕਲਯੁੱਗ ਦੇ ਵਿੱਚ, ਆਉਣ ਵਾਲੇ ਸਮੇਂ ਵਿੱਚ ਤੁਸੀਂ ਇਸ ਤੋਂ ਵੀ ਵੱਧ ਚੀਜ਼ਾਂ ਸੁਣੋਗੇ ਜਿਹੜੀਆਂ ਤੁਹਾਨੂੰ ਹੈਰਾਨ ਕਰ ਦੇਣਗੀਆਂ, ਕਿਉਂਕਿ ਸਾਡੇ ਗ੍ਰੰਥਾਂ ਵਿੱਚ ਲਿਖਿਆ ਵੀ ਇਦੋਂ ਵੀ ਪਰੇ ਹੋਣਾ, ਹਜੇ ਤਾਂ ਕਲਯੁੱਗ ਪੰਘੂੜੇ ਵਿੱਚ ਹੀ ਹੈ, ਹਜੇ ਤਾਂ ਕਲਯੁੱਗ ਦੀ ਜਿਹੜੀ ਉਮਰ ਆ ਬਹੁਤ ਛੋਟੀ ਆ, ਹਜੇ ਤਾਂ ਕਿਹਾ ਜਾਂਦਾ ਵੀ ਪੰਘੂੜੇ ਵਿੱਚ ਆ, ਹਜੇ ਇਹਨੇ ਰੜਨਾ ਅਤੇ ਹਜੇ ਇਹਨੇ ਜਵਾਨ ਹੋਣਾ ਅਤੇ ਉਦੋਂ ਪਤਾ ਨਹੀਂ ਕੀ ਹੋਣਾ। ਤਾਂ ਇਹ ਭਾਈ, ਜੇ ਤੁਸੀਂ ਕਲਯੁੱਗ ਦੇ ਵਿੱਚੋਂ ਬਚਣਾ ਹੈ, ਰਿਸ਼ਤਿਆਂ ਵਿੱਚ ਮਿਠਾਸ ਲਿਆਉਣੀ ਆ ਅਤੇ ਬਾਣੀ ਦਾ ਆਸਰਾ ਲਓ। ਜਿੱਥੇ ਬਾਣੀ ਸਾਨੂੰ ਰੱਬ ਨਾਲ ਜੋੜਦੀ ਆ ਉੱਥੇ ਨੈਤਿਕਤਾ ਵੀ ਸਿਖਾਉਂਦੀ ਆ। ਕਾਹੇ ਪੂਤ ਝਗੜਤ ਹੋਂ ਸੰਗ ਬਾਪ, ਜਿਨ ਕੇ ਬਣੇ ਜੜੀਰੇ ਤੁਮ ਹੋ ਤਿੰਨ ਸੌ ਝਗੜਤ ਪਾਪ। ਤਾਂ ਇਸ ਕਰਕੇ ਬਾਣੀ ਕਹਿੰਦੀ ਆ ਵੀ ਉਹ ਪਿਤਾ ਦੇ ਨਾਲ ਕਦੇ ਵੀ ਝਗੜਾ ਨਾ ਕਰ ਜਿਹਨੇ ਤੈਨੂੰ ਬੋਲਣਾ ਸਿਖਾਇਆ। ਕਾਹੇ ਪੂਤ ਝਗੜਤ ਹੋਂ ਸੰਗ ਬਾਪ, ਹੇ ਪੁੱਤਰ ਤੂੰ ਆਪਦੇ ਪਿਤਾ ਦੇ ਨਾਲ ਕਿਉਂ ਝਗੜਾ ਕਰਦਾ। ਤਾਂ ਇਵੇਂ ਹੀ ਪਿਤਾ ਨੂੰ ਵੀ ਦੱਸਦੀ ਆ ਕਿ ਪ੍ਰੇਮ ਦੇ ਨਾਲ ਅਤੇ ਇੱਕ ਮਨ ਇੱਕ ਚਿੱਤ ਹੋ ਕਰ ਬਾਣੀ ਪੜ੍ਹ ਅਤੇ ਸਿੱਖੀ ਦੇ ਨਾਲ ਜੁੜ, ਅਤੇ ਜੇ ਸਿੱਖ ਅੰਮ੍ਰਿਤ ਛਕ ਲੈਣ ਤਾਂ ਨਸ਼ਿਆਂ ਦਾ ਜਿਹੜਾ ਤਿਆਗ ਆ ਸਿੱਧਾ ਹੀ ਹੋ ਜਾਏਗਾ, ਨਸ਼ੇ ਛੱਡ ਕੇ ਬੰਦੇ ਫਿਰ ਸਿੱਧੇ ਪਾਸੇ ਜੁੜਨਗੇ। ਤਾਂ ਭਾਈ ਅੱਜ ਲੋੜ ਹੈ ਸਾਨੂੰ ਗੁਰੂ ਦੀ। ਗੁਰੂ ਇਹ ਵੀ ਦੱਸਦਾ ਕੀ ਕਰਨਾ, ਕੀ ਨਹੀਂ ਕਰਨਾ, ਕਦੇ ਨਹੀਂ ਕਰਨਾ। ਗੁਰੂ ਇਕੱਲਾ ਹੀ ਨਹੀਂ ਦੱਸਦਾ ਹੁੰਦਾ ਵੀ ਕੀ ਕਰਨਾ, ਬਾਣੀ ਪੜ੍ਹਨੀ ਆ, ਅੰਮ੍ਰਿਤ ਵੇਲੇ ਜਾਗਣਾ, ਇਸ਼ਨਾਨ ਕਰਨਾ, ਸਾਰਿਆਂ ਦਾ ਸਤਿਕਾਰ ਕਰਨਾ, ਬੱਚਿਆਂ ਨਾਲ ਪਿਆਰ ਕਰਨਾ, ਇਹ ਹੀ ਨਹੀਂ। ਗੁਰੂ ਇਹ ਵੀ ਦੱਸਦਾ ਵੀ ਨਸ਼ੇ ਨਹੀਂ ਕਰਨੇ, ਸ਼ਰਾਬ ਨਹੀਂ ਪੀਣੀ, ਮਾਸ ਤੋਂ, ਇਹਨਾਂ ਸਾਰੀਆਂ ਚੀਜ਼ਾਂ ਤੋਂ ਦੂਰ ਰਹਿਣਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਵੀ ਦੱਸਦੇ ਆ, ਜਿੱਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿਚਾਏ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਤਾਂ ਇਹ ਸਾਰੀਆਂ ਚੀਜ਼ਾਂ ਭਾਈ ਗੁਰਬਾਣੀ ਸਾਨੂੰ ਪਹਿਲਾਂ ਤੋਂ ਦੱਸਦੀ ਆ ਰਹੀ ਆ। ਜੇ ਅਸੀਂ ਬਾਣੀ ਨਾਲ ਜੇ ਪਰਿਵਾਰ ਜੁੜਨਗੇ, ਕਦੇ ਇਹੋ ਜਿਹੀਆਂ ਚੀਜ਼ਾਂ ਨਹੀਂ ਹੋਣਗੀਆਂ। ਜਦੋਂ ਤੱਕ ਅਸੀਂ ਬਾਣੀ ਨਾਲੋਂ ਟੁੱਟੇ ਰਹਾਂਗੇ, ਇਹੋ ਜਿਹੀਆਂ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਰੋਜ਼ ਨਿਊਜ਼ ਪੇਪਰ ਦੇ ਵਿੱਚ, ਖਬਰਾਂ ਦੇ ਵਿੱਚ ਸਾਨੂੰ ਸੁਣਨ ਨੂੰ ਮਿਲਦੀਆਂ। ਤਾਂ ਇਹ ਖਬਰ ਜਿਹੜੀ ਆ, ਬਹੁਤ ਦੁੱਖ ਹੋਇਆ ਸੀਗਾ ਸੁਣ ਕੇ, ਮਾਸੂਮ ਬੱਚੇ ਦਾ ਕਤਲ ਹੋਇਆ। ਇੱਕ ਮਾਸੂਮ ਜਿਹਾ ਬੱਚਾ, ਨਿੱਕੀ ਜਿਹੀ ਜਿੰਦ, 3 ਸਾਲ ਦਾ, ਉਹਦਾ ਕਤਲ ਕਰ ਦਿੱਤਾ, ਬੜਾ ਦੁੱਖ ਹੋਇਆ। ਤਾਂ ਜਿਹੜੇ ਬੱਚੇ ਹੁੰਦੇ ਆ ਅਤੇ ਉਹ ਤਾਂ ਪਰਮੇਸ਼ਰ ਦਾ ਰੂਪ ਹੁੰਦੇ ਆ। ਬਾਬਾ ਫਰੀਦ ਜੀ ਨੂੰ ਪੁੱਛੋ ਵੀ ਬੱਚੇ ਕੌਣ ਹੁੰਦੇ ਆ, ਉਹ ਕਹਿੰਦੇ ਰੱਬ ਬੱਚਿਆਂ ਵਰਗਾ ਅਤੇ ਬੱਚੇ ਰੱਬ ਵਰਗੇ ਹੁੰਦੇ ਆ। ਜੇ ਮੈਨੂੰ ਪਤਾ ਹੁੰਦਾ ਵੀ ਰੱਬ ਬੱਚਿਆਂ ਵਰਗਾ ਹੈ, ਮੈਂ ਆਪਦੀ ਜਵਾਨੀ ਦਾ ਕਦੇ ਮਾਣ ਨਾ ਕਰਦਾ। ਤਾਂ ਇਹ ਭਾਈ, ਆਉਣ ਵਾਲੇ ਸਮੇਂ ਵਿੱਚ ਹੋਰ ਵੀ ਚੀਜ਼ਾਂ ਆਪਾਂ ਨੂੰ ਮਿਲ ਸਕਦੀਆਂ, ਕਿਉਂਕਿ ਸਮਾਂ ਹੀ ਐਸਾ ਚੱਲ ਰਿਹਾ, ਦੌਰ ਹੀ ਐਸਾ ਚੱਲ ਰਿਹਾ। ਬਸ ਗੁਰੂ ਸਾਹਿਬ ਜੀ ਅੱਗੇ ਇਹੀ ਅਰਦਾਸ ਆ, ਸਰਬੱਤ ਜੀਆਂ ਦਾ ਭਲਾ ਹੋਵੇ, ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਹੋਵੇ, ਇਹੀ ਅਰਦਾਸ ਕਰਦੇ ਹਾਂ। ਬੋਲਦਿਆਂ ਤੋਂ ਇੱਕ ਨਹੀਂ, ਬਹੁਤ ਭੁੱਲਾਂ ਹੋ ਗਈਆਂ। ਗੁਰੂ ਦੀ ਸੰਗਤ ਸਤਿਗੁਰੂ ਮਹਾਰਾਜ ਬਖਸ਼ ਲੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।